ਨਾਨਕ ਹੋਸੀ ਏ ਸੱਚ ਅਸ਼ਟਪਦੀ ਚਰਨ ਸਬਦ ਸਬਦ ਪ੍ਰਸਨਹਾਰ ਪੂਜਾ ਸਬਦ ਸਬਦ ਸੇਵਦਾਰ ਦਰਸ਼ਨ ਸਬਦ ਸਭੇ ਕਨਹਾਰ ਨਾਮ ਸਬਦ ਸਬਦ ਧਿਆਵਨ ਹਾਰ ਆਪ ਸਬਦ ਸਬਦ ਸਬਧਾਰੀ ਆਪੇ ਗੁਣ ਆਪੇ ਗੁਣਕਾਰੀ ਗਾਇਆ ਹਰ ਗੁਰੈ ਭਾਣਾ ਦੀ ਵਡਿਆਈ ਧੁਰ ਲਿਖਿਆ ਲੇਖ ਰਜਾਈ ਜਿਉ ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਈ ਜਿਉ ਹਰ ਗੁਰੈ ਭਾਣਾ ਦੀ ਵਡਿਆਈ ਧੁਰ ਲਿਖਿਆ ਲੇਖ ਰਜਾਈ ਜਿਉ ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਈ ਜਿਉ ਸ਼ਾਮਲ ਹੋਈਏ ਤੇ ਦੁੱਖ ਘਟ ਜਾਂਦੇ ਨੇ। ਮੰਗਲੀ ਮਹਲਾ ਤੀਜਾ ਅਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਕਹਿ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹਿਗੁਰੂ।
ਭਗਵੰਤੀ ਜੀ ਸਹਾਇ ਵਾਰ ਸ੍ਰੀ ਭਗਵੰਤੀ ਜੀ ਕੀ ਬਾਤ ਨਾਇ ਦਸਵੇ ਪ੍ਰਤਮ ਭਗਵੰਤੀ ਸਮਰਕ ਗੁਰੂ ਨਾਨਕ ਲੈ ਕੇ ਆਏ ਫਿਰ ਅੰਗਦ ਵਰਤੇ ਅਮਰਦਾਸ ਰਾਮਦਾਸ ਹੋਏ ਸਹਾਏ ਹਰ ਜਨ ਹਰ ਗੋਬਿੰਦ ਰੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕਿਰਸਨ ਧਿਆਈਐ ਜਿਸ ਕੀਠੈ ਸਭ ਦੁਖ ਜਾਏ ਤੇਗ ਬਹਾਦਰ ਸਮਰੀਐ ਘਰ ਦੌਲਤ ਆਵੈ ਧਾਰੇ ਸਭ ਥਾਂਏ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਂਏ ਹੋਏ ਸਹਾਏ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਇਹ ਬਾਣੀਆਂ ਦੇ ਮਾਣ ਨਿਤਾਣੀਆਂ ਦੇ ਤਾਣ ਨਿਉਟੀਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਸੱਚੇ ਪਾਤਸ਼ਾਹ ਜੀਓ ਜਿਹਾ ਚਿਰੇ ਲਿਖਿਆ ਤਿਹਾ ਹੁਕਮ ਕਮਾਹੇ ਧੱਲੇ ਆਵੈ ਨਾਨਕਾ ਸੱਦੇ ਉੱਠੀ ਜਾਹੇ ਮਾਵਕ ਅਨੁਸਾਰ ਆਪ ਜੀ ਦੇ ਦਰ ਕਰਦੇ ਵਿਦਵਾਨ ਸੇਵਕ ਬੀਬੀ ਪ੍ਰਕਾਸ਼ ਰਾਣੀ ਜੀ ਸੱਜੇ ਪਾਤਸ਼ਾਹ ਜੀ ਆਪ ਜੀ ਵੱਲੋਂ ਦਿੱਤੀ ਹੋਈ ਸਵਾਸਾਂ ਰੂਪੀ ਪੂੰਜੀ ਨੂੰ ਭੁਗਦਿਆਂ ਹੋਇਆਂ ਕੁਝ ਦਿਨਾਂ ਪਹਿਲਾਂ ਸੰਸਾਰ ਤੋਂ ਕਾਲ ਚਲਾਣਾ ਕਰ ਗਏ ਸਨ ਸੱਜੇ ਪਾਤਸ਼ਾਹ ਜੀ ਤਿਨ੍ਹਾਂ ਦੀ ਆਤਮਕ ਸ਼ਾਂਤੀ ਲਈ ਤਿਨ੍ਹਾਂ ਦੇ ਪਰਿਵਾਰ ਨੇ ਰਲ ਮਿਲ ਕੇ ਤਿਨ੍ਹਾਂ ਦੇ ਸਪੁੱਤਰ ਕਾਕਾ ਕੁਲਦੀਪ ਸਿੰਘ ਨਰੋਲਾ ਅਤੇ ਪ੍ਰਕਾਸ਼ ਸਿੰਘ ਨਰੋਲਾ ਨੇ ਰਲ ਮਿਲ ਕੇ ਤਿਨ੍ਹਾਂ ਦੀ ਆਤਮਕ ਸ਼ਾਂਤੀ ਲਈ ਆਪ ਜੀ ਦੀ ਬਾਣੀ ਦਾ ਓਟ ਆਸਰਾ ਲੈਂਦਿਆਂ ਹੋਇਆਂ ਗੁਰੂ ਘਰ ਦੇ ਅੰਦਰ ਸ੍ਰੀ ਸੁਖਮਨੀ ਸਾਹਿਬ ਬਾਣੀ ਦੇ ਪਾਠ ਕਰਵਾਏ ਉਪਰੰਤ ਗੁਰਬਾਣੀ ਕੀਰਤਨ ਹੋਈ ਸੱਚੇ ਪਾਤਸ਼ਾਹ ਜੀ ਸ਼ੇਖੋਲਿਆ ਅਨੰਦ ਸਾਹਿਬ ਜੀ ਦੀ ਅਰਦਾਸ ਸਰਬਤ ਸੰਗਤ ਦਾ ਭਲਾ ਕਰਨਾ ਆਪ ਜੀ ਕਰੋ ਕਿਰਪਾ ਆਪਣਾ ਇਲਾਹੀ ਹੁਕਮ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਆਖਰ ਵਾਦਾ ਘੰਟਾ ਵੱਲ ਜੋ ਮਾਫ ਕਰਨੇ ਸੇ ਪਿਆਰੇ ਮੇਲ ਜਿਨ੍ਹਾਂ ਕਰਿਆ ਤਰਨਾਮ ਚਿੰਤਾ ਵੇ ਨਾਨਕ ਨਾਮ ਛੱਡੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਤੇ ਪਵਿੱਤਰ ਹਜ਼ੂਰੀ ਦੇ ਅੰਦਰ ਬੈਠੇ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਦੇ ਸਤਿਕਾਰਯੋਗ ਬੀਬੀ ਪ੍ਰਕਾਸ਼ ਰਾਣੀ ਜੀ ਜਿਨ੍ਹੀਂ ਕੋ ਆਇਓ ਪਰਮਾਤਮਾ ਨੇ ਉਹਨਾਂ ਨੂੰ ਬਖਸ਼ਿਸ਼ ਕੀਤੀ ਸੀ ਜਿਨ੍ਹਾਂ ਦੀ ਆਤਮਾ ਦੇ ਸੁੱਖ ਸ਼ਾਂਤੀ ਲਈ ਅੱਜ ਪਰਿਵਾਰ ਨੇ ਗੁਰੂ ਘਰ ਦੇ ਵਿੱਚ ਸੁਖਮਨੀ ਸਾਹਿਬ ਬਾਣੀ ਦੇ ਪਾਠ ਕਰਵਾਏ ਅੰਤਿਮ ਅਰਦਾਸ ਹੋਈ ਸਤਿਗੁਰੂ ਦੀ ਕਿਰਪਾ ਕਰਨ ਬੀਬੀ ਪ੍ਰਕਾਸ਼ ਰਾਣੀ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਉਦਾਂ ਬਖਸ਼ਣ ਅਸ਼ਟਪਦੀ
ਚਰਨ ਸਬਦ ਸਬਦ ਪਰਸਨਹਾਰ, ਪੂਜਾ ਸਬਦ ਸਬਦ ਸਤਿਕਾਰ, ਦਰਸ਼ਨ ਸਬਦ ਸਭੇ ਕਨਹਾਰ, ਨਾਮ ਸਬਦ ਸਬਦ ਧਿਆਵਨ ਹਾਰ, ਆਪ ਸਬਦ ਸਬਦ ਸਬਧਾਰੀ, ਆਪੇ ਗੁਣੇ ਆਪੇ ਗੁਣਕਾਰੀ, ਸੰਤਰਾ ਰਸਤਰ ਮੋਟ ਰੱਖ, ਜਿਸਕਾ ਸਭਨਾ ਕਰਤ ਪਾਪ ਹੋਦਾ ਕੋ ਰੱਖ ਜੇ ਤਰ ਆਦਮ, ਮਾਨਸ ਜਤਨ ਕਰਤ ਭਗਵਾਨ, ਜਿਸਕੇ ਕਰਤਾ ਵਰਤੀ ਜਾਤ, ਮਾਰਨ ਰਾਖਿਆ ਵਰਨਾ ਕੋਈ, ਸਰਬ ਜੀਆਂ ਘਰ ਆਪਾ ਸੋਏ, ਆਪਣੇ ਘਰ ਕੋ ਪਛਾਣੇ, ਜਿਸਕੀ ਮਹਿਮਾ ਕੋਲ ਮਖਾਨੋ, ਜਿਸਕਾ ਗੁਣ ਕਹਿ ਸੁਣਾ ਜਾਣੋ, ਆਠ ਪਹਿਰ ਰੱਬ ਵਸੈ ਪੂਰੀ, ਕੋ ਨਾਨਕ ਸੇ ਜਨ ਪੂਰੀ, ਹਰ ਮੇਰੇ ਦਿਨ ਕੀ ਕੋਟ ਲੈ, ਮਰਦਨ ਆਪਣਾ ਦੇਹ ਜਨ ਦੇਹ, ਜੇਲ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਸੁਖਾ ਦਾਤਾ, ਜਿਸਕੀ ਸਰਨ ਸਰਬ ਸੁਖਾਵੈ, ਜਿਸਕਾ ਦਰਸ ਸਭ ਖਾ ਮਿਟਾਵੈ, ਆਵਰ ਜਨ ਪਸੰਦੀ ਛਾੜ, ਇਹ ਜਨ ਕੀ ਤੂੰ ਸੇਵਾ ਲਾਗ, ਆਵਨ ਜਾਨਾ ਹੋਵੇ ਤੇਰਾ, ਨਾਨਕ ਜਨ ਕੇ ਪੂਜੋ ਸਤਿਹਰਾ, ਸਰੋਗ ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੈ, ਬੀਸ ਕਿਸਵੇ ਗੁਰ ਕਾ ਪ੍ਰਮਾਨ, ਸੋ ਸੇਵਕ ਪਰਮੇਸ਼ਵਰ ਕਿਸੇ ਹਿਰਦੈ ਹਰਨਾ, ਅਨੇਕ ਵਾਰ ਗੁਰ ਕੋ ਬਨ ਜਾਵਾਂ, ਸਰਬਨਾ ਦੀ ਕਾ ਦਾਤਾ, ਆਠ ਪਹਿਰ ਪਾਰ ਬ੍ਰਹਮ ਲਾਤਾ, ਬ੍ਰਹਮ ਜਨ ਜਨ ਮੈਂ ਪਾਰ ਬ੍ਰਹਮ, ਇੱਕ ਆਪ ਨਾਹੀ ਕਰਤੇ ਭ੍ਰਮ, ਸਹਿ ਜਨ ਭਰਿਆ ਨਾ ਜਾਈਐ, ਨਾਨਕ ਐਸਾ ਗੁਰਬਟ ਭਾਗੀ ਪਾਈਐ, ਸਫਲ ਦਰਸ਼ਨ ਪੇਖਤ ਪੁਨੀਤ, ਪ੍ਰਸਿੱਧ ਚਰਨ ਨਿਰਮਲ ਦੇਤ, ਭੇਟ ਕਾਲ ਕੇ ਸਰਸਾ ਦੇ ਸਭ ਜਪਨੇ, ਇਹ ਹਰ ਸਵਾਵੈ ਜਨ ਹੋਏ, ਅਮਰ ਤੇਰਾ ਵਰਸ ਹੋਏ, ਉਸ ਪੁਰਖਾ ਰਾਹੀਂ ਦੇ ਵਿਨਾਸ਼ ਹੋ ਜਾਕੇ, ਮੈਂ ਪ੍ਰਗਟੇ ਪ੍ਰਕਾਸ, ਆਠ ਪਹਿਰਾਂ ਕਾ ਨਾਮ ਲੈ, ਸਤਿਗੁਰ ਦੇ ਸੇਵਕ ਕਾਲ ਦੀ ਪਗ ਪ੍ਰਗਾਸੇ, ਨਾਨਕ ਪ੍ਰਭਾ ਮੋਹਨ ਦੁੱਖ ਮਾਤੇ ਨਾਸੇ, ਤਪਤ ਮਾਹੇ ਠਾਂਡ ਵਰਤਾਈ, ਅੰਨ ਭਇਆ ਦੁੱਖ ਨਾਠੇ ਭਾਈ, ਜਿਨਾ ਮਰਨ ਕੇ ਮੁਖੇ ਦੇਸੇ, ਸਾਧੂ ਕੇ ਪੂਰਨ ਉਪਦੇਸ਼ੇ, ਹੋਰ ਜੋਗਾ ਨਿਰਭੋ ਹੋਈ ਵਰਦੇਸ਼, ਕਰਨਾ ਗਵਨ ਸੁਰ ਨਾਨਕ ਹਰ ਹਰ ਜਸ ਸ੍ਰੈਵਨ, ਜਿਰਗੁਣ ਆਪ ਸਰਗੁਣ ਜੀ ਹੋਈ, ਜਿਨਾ ਚਾਰ ਜਿਸਮਲੇ ਹੋਈ, ਆਪਣੇ ਚਰਿਤ ਪ੍ਰਯਾਸ ਬਣਾਏ, ਆਪਣੇ ਜੀਵ ਜਾਪੇ ਪਾਏ, ਹਰਮਨ ਦੂਜਾ ਨਾਹੀ ਹੋਏ, ਸ਼ਰਮ ਨਿਰੰਤਰ ਕੋ ਸੋਏ, ਬੋਧ ਬੋਧ ਰਵਿਆ ਰੂਪ ਰੰਗ, ਭਾਈ ਪ੍ਰਕਾਸ਼ ਸੰਤ ਸੰਗ, ਰਚਨਾ ਮੱਖੀ ਪ੍ਰਤਾਪੀ, ਅਨਕ ਵਾਰ ਨਾਨਕ ਬਲਿਹਾਰੀ, ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ, ਅਵਰ ਕਪਾਵਰੀ ਧਨ ਸੰਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਭਰ ਮੰਤ, ਏਕ ਆਸਰਾ ਪਵਨ ਵਾਰੀ, ਸਰਬ ਰੋਗ ਨਾਨਕ ਮਿਟ ਜਾਵੇ। ਸੁਪਨੇ ਜਿਉਂ ਸ
ਗੁਰੂ ਸਾਹਿਬ ਜੋ ਸਤਿਗੁਰ ਜੀ ਦੇ ਚਰਨਾਂ ਦੇ ਵਿੱਚ ਜਾ ਪੜਾ ਜੀ ਹੈ ਤੇ ਸਤਿਗੁਰ ਜੀ ਆਪਣੀ ਬਾਣੀ ਵਿੱਚ ਫੁਰਮਾਨ ਕਰਦੇ ਨੇ ਕਿ ਇਹ ਜੀਵ ਜੋ ਵੀ ਇਸ ਦੁਨੀਆਂ ਦੇ ਉੱਪਰ ਆਇਆ ਨਹੀਂ ਗਿਆ ਰਿਹਾ ਰਾਮ ਗਿਓ ਰਾਵਣ ਗਿਓ ਜਾਂ ਕਿਉਂ ਬਹੁ ਪਰਿਵਾਰ ਔਰ ਰਾਵਣ ਦਾ ਸਾਰਾ ਸਰਵੰਸ਼ ਉਹ ਵੀ ਇਸ ਦੁਨੀਆਂ ਤੋਂ ਚਲਿਆ ਗਿਆ ਤੇ ਸਤਿਗੁਰ ਜੀ ਆਪਣੀ ਬਾਣੀ ਵਿੱਚ ਫੁਰਮਾਨ ਕਰਦੇ ਨੇ ਜੋ ਦਿਨ ਆਵੇ ਸੋ ਦਿਨ ਜਾਈ ਕਰਨਾ ਕੋਚ ਰਹਿਣ ਸਵਿਛੜੀ ਹੋਈ ਰੂਹ ਦੇ ਨਿਮਿਤ ਵੈਰਾਗਮਈ ਕੀਰਤਨ ਸਰਵਨ ਕਰੀਏ ਜੀ ਸੱਜਣ ਮੇਰੇ ਰੰਗ ਰੇ ਜਾਏ ਸੁੱਤੇ ਜੀ ਰਾਣ ਅੰਬੇ ਵੰਜਾ ਡੂਮਰੀ ਰੋਮਾ ਜੀ ਦੀ ਵਾਰ ਸੱਜਣ ਮੇਰੇ ਰੰਗ ਰੇ ਜਾਏ ਸੁੱਤੇ ਆਪਾਂ ਸਭ ਜਦੋਂ ਅੰਤਮ ਅਰਦਾਸ ਦੇ ਵਿੱਚ ਆਉਂਦੇ ਹਾਂ ਤੇ ਆਪਾਂ ਸਭ ਨੇ
ਰਲ ਮਿਲ ਕੇ ਇਹੀ ਅਰਦਾਸ ਬੇਨਤੀ ਕਰਨੀ ਉਸ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ, ਇਹ ਪਰਮਾਤਮਾ, ਇਹ ਅਕਾਲ ਪੁਰਖ ਜੋ ਰੂਹ ਸਾਡੇ ਕੋਲੋਂ ਵਿਛੜ ਗਈ ਹੈ, ਬੀਬੀ ਪ੍ਰਕਾਸ਼ ਰਾਣੀ ਜੀ ਜੋ ਇਸ ਪਰਿਵਾਰ ਨੂੰ ਵਿਛੋੜਾ ਦੇ ਗਏ ਨੇ, ਕਿਉਂਕਿ ਇਹ ਉਹ ਦੁੱਖ ਹੈ ਜੋ ਭੁੱਲ ਨਹੀਂ ਸਕਦਾ। ਇਹ ਉਸਨੂੰ ਪਤਾ ਹੈ ਜਿਸ ਦੀ ਮਾਂ ਇਸ ਦੁਨੀਆਂ ਦੇ ਉੱਪਰੋਂ ਗਈ, ਜਿਸ ਪੁੱਤ ਦੀ ਮਾਂ, ਜਿਸ ਧੀ ਦੀ ਮਾਂ ਇਸ ਦੁਨੀਆਂ ਤੋਂ ਗਈ, ਕਿਉਂਕਿ ਪਰਮੇਸ਼ਰ ਦੀ ਖੇਡ ਹੈ। ਸਿਆਣੇ ਲੋਕ ਕਹਿੰਦੇ ਨੇ ਜੇ ਆਪਾਂ ਕਿਸੇ ਦੀ ਖੁਸ਼ੀ ਦੇ ਵਿੱਚ ਸ਼ਾਮਲ ਹੋਈਏ ਤੇ ਖੁਸ਼ੀ ਵੱਧ ਜਾਂਦੀ ਹੈ, ਤੇ ਜੇ ਕਿਸੇ ਦੇ ਦੁੱਖ ਦੇ ਵਿੱਚ ਸ਼ਾਮਲ ਹੋਈਏ ਤੇ ਦੁੱਖ ਘੱਟ ਜਾਂਦੇ ਨੇ। ਅੰਕਲੀ ਮਹੱਲਾ ਤੀਜਾ, ਅਨੰਤ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਕਹਿ
ਇਹ ਦਵਾਣੀਆਂ ਦੇ ਵਾਣ ਨਿਤਾਣੀਆਂ ਦੇ ਤਾਣ ਨਿਉਟੀਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਸੱਚੇ ਪਾਤਸ਼ਾਹ ਜੀਓ ਜਿਹਾ ਚਿਰੇ ਲਿਖਿਆ ਤਿਹਾ ਹੁਕਮ ਕਮਾਹੇ ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ ਮਾਵਾ ਕਾ ਅਨੁਸਾਰ ਆਪ ਜੀ ਦੇ ਦਰਗਰ ਦੇ ਵਿਦਵਾਨ ਸੇਵਕ ਬੀਬੀ ਪ੍ਰਕਾਸ਼ ਰਾਣੀ ਜੀ ਸੱਜੇ ਪਾਤਸ਼ਾਹ ਜੀ ਆਪ ਜੀ ਵੱਲੋਂ ਦਿੱਤੀ ਹੋਈ ਸਵਾਸਾਂ ਰੂਪੀ ਪੂੰਜੀ ਨੂੰ ਭੁਗਦਿਆਂ ਹੋਇਆਂ ਕੁਝ ਦਿਨਾਂ ਪਹਿਲਾਂ ਸੰਸਾਰ ਤੋਂ ਕਾਲ ਚਲਾਣਾ ਕਰ ਗਏ ਸਨ ਸੱਜੇ ਪਾਤਸ਼ਾਹ ਜੀ ਤਿਨ੍ਹਾਂ ਦੀ ਆਤਮਕ ਸ਼ਾਂਤੀ ਲਈ ਤਿਨ੍ਹਾਂ ਦੇ ਪਰਿਵਾਰ ਨੇ ਰਲ ਮਿਲ ਕੇ ਤਿਨ੍ਹਾਂ ਦੇ ਸਪੁੱਤਰ ਕਾਕਾ ਕੁਲਦੀਪ ਸਿੰਘ ਨਰੋਲਾ ਅਤੇ ਪ੍ਰਕਾਸ਼ ਸਿੰਘ ਰਲੋੜਾ ਨੇ ਰਲ ਮਿਲ ਕੇ ਤਿਨ੍ਹਾਂ ਦੀ ਆਤਮਕ ਸ਼ਾਂਤੀ ਲਈ ਆਪ ਜੀ ਦੀ ਬਾਣੀ ਦਾ ਓਟ ਆਸਰਾ ਲੈਂਦਿਆਂ ਹੋਇਆਂ ਗੁਰੂ ਘਰ ਦੇ ਅੰਦਰ ਸ੍ਰੀ ਸੁਖਮਨੀ ਸਾਹਿਬ ਬਾਣੀ ਦੇ ਪਾਠ ਕਰਵਾਏ ਉਪਰੰਤ ਗੁਰਬਾਣੀ ਕੀਰਤਨ ਹੋਈ ਸੱਚੇ ਪਾਤਸ਼ਾਹ ਜੀਓ ਕਿਰਪਾ ਕਰਨੀ ਬਾਣੀ ਪੜ੍ਹਦਿਆਂ ਹੋਇਆਂ ਸੁਣਦਿਆਂ ਹੋਇਆਂ ਇੱਕ ਨਹੀਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਨੇ ਕਿ ਆਪ ਜੀ ਦਾ ਸਤਨਾਮ ਸ੍ਰੀ ਵਾਹਿਗੁਰੂ ਨਾਮ ਜਪੇ ਸ਼ੇਖੋੜਿਆ ਅਨੰਦ ਸਾਹਿਬ ਜੀ ਦੀ ਅਰਦਾਸ ਸਰਬਤ ਸੰਗਤ ਦਾ ਭਲਾ ਕਰਨਾ ਆਪ ਜੀ ਕਰੋ ਕਿਰਪਾ ਆਪਣਾ ਇਲਾਹੀ ਹੁਕਮ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਆਖਰ ਵਾਦਾ ਘੰਟਾ ਬੋਲ ਚ ਵਾਪ ਕਰਨੇ ਸੇ ਪਿਆਰੇ ਮੇਲ ਜਿੰਨਾ ਕਰਿਆ ਤਰਨਾਮ ਚਿੰਤਾ ਵੇ ਨਾਨਕ ਨਾਮ ਛੱਡੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਤਬੈ ਚਲਾਇਓ ਪੰਥ ਸਭ ਸਿੱਖਾਂ ਕੋ ਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੁਝ ਹੈ ਕੋਜ ਸਬਦ ਮਹਿਲੇ ਰਾਜ ਕਰੇ ਕਾ ਖਾਲਸਾ ਆਗੇ ਰਹਿ ਨਾ ਕੋਈ ਸਭ ਮਿਲਾਂਗੇ ਵਜੇ ਸਰਣ ਜੋ ਹੋਏ ਖਾਰ ਹੋਏ ਸਭ ਮਿਲਾਂਗੇ ਵਜੇ ਸਰਣ ਜੋ ਹੋਏ ਬੋਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਤੇ ਪਵਿੱਤਰ ਹਜ਼ੂਰੀ ਦੇ ਅੰਦਰ ਬੈਠੇ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਜਿਵੇਂ ਕਿ ਸਾਰਿਆਂ ਨੂੰ ਹੀ ਪਤਾ ਹੈ ਸਤਿਕਾਰਯੋਗ ਬੀਬੀ ਪ੍ਰਕਾਸ਼ ਰਾਣੀ ਜੀ ਜਿਹਨੀ ਕੋ ਆਯੋ ਪਰਮਾਤਮਾ ਨੇ ਉਹਨਾਂ ਨੂੰ ਬਖਸ਼ਿਸ਼ ਕੀਤੀ ਸੀ ਆਪਣੀ ਆਯੋ ਨੂੰ ਪੂਰਾ ਕਰਦਿਆਂ ਹੋਇਆ ਕੁਛ ਦਿਨਾਂ ਪਹਿਲਾਂ ਸੰਸਾਰ ਨੂੰ ਛੱਡ ਕੇ ਪਰਮਾਤਮਾ ਦੇ ਕੋਲ ਜਾ ਵਿਰਾਜੇ ਸਨ ਜਿਨ੍ਹਾਂ ਦੀ ਆਤਮਾ ਦੇ ਸੁੱਖ ਸ਼ਾਂਤੀ ਲਈ ਅੱਜ ਪਰਿਵਾਰ ਨੇ ਗੁਰੂ ਘਰ ਦੇ ਵਿੱਚ ਸੁਖਮਨੀ ਸਾਹਿਬ ਬਾਣੀ ਦੇ ਪਾਠ ਕਰਵਾਏ ਅੰਤਿਮ ਅਰਦਾਸ ਹੋਈ ਸਤਿਗੁਰੂ ਦੀ ਕਿਰਪਾ ਕਰਨ ਬੀਬੀ ਪ੍ਰਕਾਸ਼ ਰਾਣੀ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਉਦਾਂ ਬਖਸ਼ਣ ਹੁਣ ਵਾਹਿਗੁਰੂ 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 ਵਾਹਿਗੁਰੂ